ਮੇਰਾ ਬੇਟਾ ਛੋਟਾ ਸਿਮਰ ਅਤੇ ਮੇਰੀ ਸਿਸਟਰ ਦੀ ਬੇਬੀ, ਉਹ ਦੋਨੋਂ ਜਾਣੇ ਰੋ ਰੋ ਵੀ ਸਮਾਨ ਪੈਕ ਕਰ ਰਹੇ ਆ, ਜ਼ਬਰਦਸਤੀ ਕਢਾ ਰਹੇ ਆ ਘਰਾਂ 'ਚੋਂ, ਵੀ ਐਸਾ ਅਸੀਂ ਕੀ ਕਰਤਾ, ਕੋਈ ਕੰਟਰੀ 'ਚੋਂ ਸਾਨੂੰ ਬਾਹਰ ਕੱਢਣ ਲੱਗਿਆ, ਦੇਸ਼ 'ਚੋਂ ਬਾਹਰ, ਹੁਣੇ ਟੋਇਜ਼ ਉਹਨਾਂ ਦੀਆਂ ਬੁੱਕਸ ਸਭ ਰੁੜ ਗਈਆਂ, ਸਭ ਚੱਕ ਚੱਕ ਸਿੱਟੀਆਂ। ਅਤੇ ਰਾਤ ਮੈਨੂੰ ਇਹ ਫਿਕਰ ਵੀ ਆਪਣਾ, ਮੈਨੂੰ ਫਿਕਰ ਨਹੀਂ ਵੀ ਉਹਨਾਂ ਨੂੰ ਨਾ ਕੁਛ ਹੋ ਜਾਵੇ, ਕਿੱਥੇ ਉਹ ਰਾਤ ਪਤਾ ਨਹੀਂ ਕਿਹਦੇ ਕਿਹਦੇ ਘਰ ਪੈ ਰਹੇ ਨੇ, ਕਿਤੇ ਜਗ੍ਹਾ ਉਹਨਾਂ ਨੂੰ ਸੇਧ ਵੀ ਆ, ਮੈਨੂੰ ਤਾਂ ਟਾਈਮ ਨਹੀਂ ਮਿਲਦਾ ਵੀ ਜੋ ਇਲੈਕਸ਼ਨ ਜਿਸ ਉਹ ਕੀਤਾ, ਤਾਂ ਇਸੇ ਕਰਕੇ ਆ ਵੀ ਇਹ ਸਾਰਿਆਂ 'ਤੇ ਮਾਨਸਿਕ ਅਸਰ ਐਸਾ ਪਾ ਦਿਓ, ਡਰ ਪਾ ਦਿਓ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ, ਇਹ ਸਰਕਾਰੀਓ, ਤੁਸੀਂ ਤਾਂ ਆਪਣੇ ਬੱਚਿਆਂ ਦਾ ਮੈਨੂੰ ਨਹੀਂ ਪਤਾ, ਮੈਂ ਕਹਿਣਾ ਨਹੀਂ ਚਾਹੁੰਦਾ, ਤੁਹਾਡੇ ਬੱਚੇ ਵੀ ਮੇਰੇ ਬੱਚੇ ਆ, ਪਿਆਰ ਹੁੰਦਾ, ਬੱਚੇ ਬੱਚੇ ਹੀ ਹੁੰਦੇ ਆ, ਪਰ ਤੁਸੀਂ ਜੋ ਮੇਰੇ ਬੱਚਿਆਂ ਦੇ ਨਾਲ ਜੋ ਕੀਤਾ, ਇੱਕ ਦਿਨ 'ਚ ਤੁਸੀਂ ਕਿਹਾ ਵੀ ਚੱਕ ਕੇ ਸਮਾਨ ਬਾਹਰ ਸਿੱਟੋ, ਅਤੇ ਅੱਜ ਰਾਤ ਮੈਂ 11 ਵਜੇ ਆ ਕੇ ਮੈਂ ਉਹਨਾਂ ਨਾਲ ਗੱਲ ਕੀਤੀ, ਅਤੇ ਮੈਨੂੰ ਪਹਿਲਾਂ ਦੱਸਦੇ ਨਹੀਂ ਸੀ ਮੇਰੇ ਘਰਦੇ ਵੀ ਉਹਨਾਂ ਦਾ ਕੀ ਹਾਲ ਆ, ਮੈਂ ਵਾਰ ਵਾਰ ਕਿਹਾ, ਮੈਂ ਕਿਹਾ ਗੱਲ ਤਾਂ ਕਰਾ ਦਿਓ ਮੇਰੀ। ਜਦੋਂ ਹੁਣ ਦੋਨਾਂ ਨੇ ਇਹ ਗੱਲ ਕੀਤੀ ਵੀ ਬਿੱਟੂ ਮਾਮੂ ਕਿਉਂ ਇਹ ਹੋਇਆ, ਸਾਨੂੰ ਕਿਉਂ ਘਰੋਂ ਕੱਢਤਾ, ਮੇਰਾ ਬੇਟਾ ਉਹ ਤਾਂ ਉਰੇ ਰਹਿੰਦਾ ਨਹੀਂ ਗਾ, ਉਹ ਤਾਂ ਇਲੈਕਸ਼ਨ ਕਰਕੇ ਉਰੇ ਆਇਆ ਸੀ, ਛੁੱਟੀਆਂ ਸੀ, ਅਤੇ ਉਹ ਇਹੋ ਜਿਹੀ ਬੰਜਲ ਉਹਨਾਂ ਨੇ ਦੇਖ ਲਿਆ, ਇੰਨੀ ਯੰਗ ਏਜ 'ਚ ਬੱਚਿਆਂ ਨੇ ਇਹ ਦੇਖ ਲਿਆ ਵੀ ਇਹ ਹੁੰਦਾ, ਸਰਕਾਰਾਂ ਇਹ ਕਰਦੀਆਂ ਹੁੰਦੀਆਂ, ਸਰਕਾਰਾਂ ਵੀ ਚੱਕ ਚੱਕ, ਮਤਲਬ ਉਹਨਾਂ ਦੇ ਜਿਹੜਾ ਦਿਮਾਗ ਅਤੇ ਅੱਜ ਜ਼ਹਿਨ ਜਿਹੜੀ ਇਹ ਚੀਜ਼ ਬਸ ਗਈ, ਇਹ ਤਾਂ ਤੁਸੀਂ ਪਾਕਿਸਤਾਨ ਇੰਡੀਆ ਵਾਲਾ ਕੰਮ ਕੀਤਾ, ਉਜਾੜਾ ਪਾ ਤਾ ਤੁਸੀਂ, ਸੋਚਿਆ ਵੀ ਨਹੀਂ ਥੋੜ੍ਹਾ ਬਹੁਤਾ ਵੀ ਮੈਨੂੰ ਗੱਲ ਕਰ ਲੈਂਦੇ ਮੇਰੇ ਨਾਲ, ਮੈਂ ਤੁਹਾਨੂੰ ਕਹਿ ਦਿੰਦਾ ਵੀ ਭਾਈ ਮੈਂ ਆਰਾਮ ਨਾਲ ਤੁਹਾਨੂੰ ਦੱਸੋ, ਮੈਂ ਤਾਂ ਸੜਕ 'ਤੇ ਪੈ ਦਿੰਦਾ, ਮੈਂ ਪਹਿਲਾਂ ਉਹਨਾਂ ਨੂੰ ਕਿਤੇ ਹੋਰ ਕਹਿ ਦਿੰਦਾ ਵੀ ਚਲੇ ਜਾਓ, ਉਹਨਾਂ ਦੇ ਮੂਹਰੇ ਤਮਾਸ਼ਾ ਕਰਨ ਦੀ ਕੀ ਲੋੜ ਸੀ ਤੁਹਾਨੂੰ, ਮੈਂ ਮਾਫ਼ ਨਹੀਂ ਕਰੂੰਗਾ ਕਦੇ, ਮੇਰੇ ਬੱਚੇ ਨਾ ਮਾਫ਼ ਕਰਨਗੇ ਤੁਹਾਨੂੰ, ਕਿਉਂਕਿ ਮੈਂ ਆਮ ਆਦਮੀ ਪਾਰਟੀ 'ਤੇ ਮੈਂ ਸਮਝਦਾ ਸੀ ਵੀ ਉਹਨਾਂ ਨੇ ਸਰਕਾਰ ਨੇ ਕੀਤਾ, ਪਰ ਚੱਲ ਕੱਲ੍ਹ ਬੜਿੰਗ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ ਆ, ਉਹਦੇ ਵਿੱਚ ਕੋਠੀ ਦਾ ਰੌਲਾ ਤਾਂ ਉਹ ਪਾ ਰਿਹਾ, ਸਭ ਤੋਂ ਪਹਿਲਾਂ ਉਹ ਜਵਾਬ ਦੇ ਰਹੇ ਜਿਹੜੇ ਕਿ ਦਰਬਾਰ ਸਰਕਾਰ ਨੂੰ ਦੇਣੇ ਚਾਹੀਦੇ ਆ, ਸਪੋਕਸ ਪਰਸਨ ਉਹ ਬਣਿਆ ਹੋਇਆ, ਸਪੋਕਸ ਪਰਸਨ ਰਾਜਾ ਬੜਿੰਗ ਬੜਿੰਗ ਬਣਿਆ ਹੋਇਆ, ਇਸ ਕਰਕੇ ਕੋਈ ਗੱਲ ਨਹੀਂ। ਮੈਂ ਪਰ ਫਿਰ ਵੀ ਦੁਆ ਕਰੂੰਗਾ ਤੁਹਾਡੇ ਬੱਚਿਆਂ ਨਾਲ, ਤੁਹਾਡੇ ਬੱਚਿਆਂ ਨੂੰ ਕਦੇ ਵੀ ਇਹ ਕੰਮ ਨਾ ਦੇਖਣਾ ਪਵੇ, ਬੱਚੇ ਬੱਚੇ ਹੁੰਦੇ ਆ, ਇਹ ਤੁਹਾਡੇ, ਮੈਂ ਪਰਮਾਤਮਾ ਨੂੰ ਦੁਆ ਕਰੂੰਗਾ ਵੀ ਤੁਹਾਡੇ ਬੱਚੇ ਹੱਸਦੇ ਵਸਦੇ ਰਹਿਣ, ਜੋ ਤੁਸੀਂ ਮੇਰੇ ਬੱਚਿਆਂ ਨੂੰ ਘਰੋਂ ਕੱਢ ਕੇ ਬੇਦਖਲ ਕਰਕੇ ਬੇਕਾਰ ਕਰਕੇ ਜ਼ਮੀਨਾਂ ਉਹਨਾਂ ਦੀਆਂ ਚਲੀਆਂ ਗਈਆਂ, ਘਰੋਂ ਤੁਸੀਂ ਉਹਨਾਂ ਨੂੰ ਕੱਢ ਤਾ, ਐਡਾ ਮੇਰੇ 'ਤੇ ਅਸਰ ਆ ਮੈਨੂੰ ਪਤਾ, ਪਰ ਮੈਂ ਇਸ ਵੇਲੇ ਇਲੈਕਸ਼ਨ 'ਚ ਮੈਂ ਸ਼ੋਅ ਨਹੀਂ ਕਰ ਸਕਦਾ, ਮੈਂ ਕਿਸੇ ਨੂੰ ਦਿਖਾ ਨਹੀਂ ਸਕਦਾ ਆਪਣਾ ਦੁੱਖ। ਬੱਚੇ ਉਰੇ ਪੜ੍ਹਾਈ ਉਹਨਾਂ ਦਾ, ਜੋ ਕਿਤਾਬਾਂ ਪੈਕ ਕਰਕੇ ਸਿੱਟ ਇੱਕਦਮ, ਜੋ ਉਹਨਾਂ ਦੇ ਖਿਡੌਣੇ ਸਾਰਾ ਕੁਛ ਨਾਲ ਲੈ ਕੇ ਆਏ ਸੀ ਵੀ ਉਰੇ ਅਸੀਂ ਇਕੱਠੇ ਦੋਨੋਂ ਰਹਾਂਗੇ ਇਸੇ ਬਹਾਨੇ, ਇਹ ਸਾਰੀਆਂ ਸਾਡੀਆਂ ਖੁਸ਼ੀਆਂ ਹੈ ਜਿਹੜੀਆਂ ਉਹ ਤੁਸੀਂ, ਮਤਲਬ ਕਹਿਣ ਦਾ ਮੈਂ ਇਸ ਤੋਂ ਵੱਧ ਕੁਛ ਕਹਿੰਦਾ ਨਹੀਂ, ਪਰ ਮੈਨੂੰ ਫਿਕਰ ਇਹ ਆ ਵੀ ਉਹਨਾਂ ਦਾ ਰਹਿਣ ਸਹਿਣ ਦਾ ਇੰਤਜ਼ਾਮ ਕਿੱਥੇ ਹੋ ਰਿਹਾ, ਕਿਹਦੇ ਕੋਲ ਰਹਿ ਰਹੇ ਆ, ਅਲੱਗ ਅਲੱਗ ਉੱਥੇ ਕੋਈ ਵਸਤਾ ਹੈ ਜਾਂ ਨਹੀਂ ਇਕੱਲਿਆਂ ਨੂੰ, ਉਹਨਾਂ ਨੂੰ ਕਿਉਂਕਿ ਇਹੀ ਮੌਕਾ ਹੈ, ਸਭ ਪਾਸੇ ਪਤਾ ਲੱਗਿਆ, ਪਤਾ ਨਹੀਂ ਉਹਨਾਂ ਨੂੰ ਕੋਈ ਕਿਡਨੈਪ ਕਰ ਲਏ ਜਾਂ ਉਹਨਾਂ ਨੂੰ, ਕਿਉਂਕਿ ਮੇਰੀ ਲੜਾਈ ਤਾਂ ਸਿੱਧੀ ਦੇਸ਼ ਵਿਰੋਧੀਆਂ ਨਾਲ, ਮੇਰੀ ਕੋਈ ਨਿੱਜੀ ਲੜਾਈ ਆ, ਮੈਂ ਤਾਂ ਦੇਸ਼ ਦੇ ਦੁਸ਼ਮਣਾਂ ਨਾਲ ਲੜਦਾ, ਵੀ ਉਹਦੇ ਅਮਨ 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 ਸ਼ਾਂਤੀ ਰਹੇ ਉਹਦੇ ਪਿੱਛੇ ਮੈਂ ਹਮੇਸ਼ਾ, ਚਾਹੇ ਅੰਮ੍ਰਿਤਪਾਲ ਵਰਗੇ ਸੀ ਚਾਹੇ ਕੋਈ ਹੋਰ ਸੀ, ਮੈਂ ਤਾਂ ਹਮੇਸ਼ਾ ਲੜਦਾ ਗਿਆ, ਜੇਲ੍ਹਾਂ 'ਚ ਬੈਠੇ ਅੱਜ ਉਹ ਵੀ ਅੱਜ ਖੁਸ਼ ਹੋ ਰਹੇ ਹੋਣੇ ਜੇਲ੍ਹਾਂ 'ਚ ਬੈਠੇ, ਵੀ ਦੇਖੋ ਜਿਹੜੇ ਆਪਣੇ ਆਪ ਨੂੰ ਦੇਸ਼ ਦੇ ਰਾਖੇ, ਦੇਸ਼ ਦੇ ਕਾਨੂੰਨ ਖਾਤਰ ਸਾਡੇ ਨਾਲ ਲੜਦੇ ਸੀ, ਅੱਜ ਦੇਖੋ ਉਹਨਾਂ ਦਾ ਦੇਸ਼ ਅਤੇ ਪੰਜਾਬ ਦੀ ਸਰਕਾਰ ਉਹਨਾਂ ਨਾਲ ਕੀ ਕਰ ਰਹੀ ਹੈ, ਅੱਜ ਉਹ ਸਾਰੇ ਜਿਹੜੇ
ਕਾਤਲ ਨੇ, ਜਿਹੜੇ ਦੇਸ਼ ਦੇ ਦੁਸ਼ਮਣ ਨੇ, ਉਹ ਅੱਜ ਖੁਸ਼ ਹੋ ਰਹੇ ਹੋਣੇ ਆ ਵੀ ਇੱਕ ਪਾਸੇ ਸ਼ਹੀਦ ਸਰਦਾਰ ਬੇਅੰਤ ਸਿੰਘ ਦੀ ਉਹਦੀ ਪਰਿਵਾਰ ਨਾਲ ਹੋ ਕੀ ਰਿਹਾ, ਸਰਕਾਰ ਤੇ ਕਾਂਗਰਸ ਪਾਰਟੀ ਕਰ ਕੀ ਆ, ਕਰ ਕੀ ਰਹੀ ਆ ਉਹਨਾਂ ਨਾਲ, ਇਹ ਦੇਖ ਕੇ ਅੱਜ ਕੱਲ ਨੂੰ ਕਿਸੇ ਨੇ ਕੋਈ ਕੁਰਬਾਨੀ ਨਹੀਂ ਦੇਣੀ ਦੇਸ਼ ਲਈ, ਕੱਲ ਨੂੰ ਕਿਸੇ ਨੇ ਦੇਸ਼ ਲਈ ਖੜਨਾ ਨਹੀਂ ਗਾ, ਐ ਰੁੜਦੇ ਆ ਵੀ ਜਿਹੜਾ ਦੇਸ਼ ਪ੍ਰੇਮ ਜਿਹੜੇ ਦੇਸ਼ ਲਈ ਬੋਲਦੇ ਆ ਉਹਨਾਂ ਨੂੰ ਐ ਰੁੜਿਆ ਜਾਂਦਾ, ਕਿਸੇ ਨੇ ਨਹੀਂ ਖੜਨਾ। ਤੁਹਾਨੂੰ ਮੈਂ ਇਹ ਗੱਲ ਦੱਸ ਦਿੰਦਾ,